بسم الله بحرمتك بسم الله اللهم كن وليك حجة ابن الحسن العسكري عليه الصلاة والسلام صلواتك عليه وعلى آله في هذه الساعة وفي كل ساعة وليا وحافظا وقائدا وناصرا ودليلا وعائما حتى تسكنه ارزقا طوعا وتمتعه فيها طويلا بے حق سیدہ باری مجلس میرے بھائی ملک اظہر انہاں بھائیاں عزیزاں دی سایہ محنت قبول فرما اس دربار دی عزت و برکت دا صدقہ جو بیمار ہیں صحت عطا فرما جو مقروض ہیں قرض ادا فرما بے اولادن اولاد صالح عطا فرما بادشاہ کائنات ظہور پر نور فرما اس قابل بڑا امام دی زیارت دے قابل ہو جاویے بیمار کربلا دا صدقہ مصطفیٰ حسن گردیزی صاحب بیمارن مالک صحت کلی عطا فرمائے جتنے مومن مومنات بیمار ہیں مالک صحت عطا کرے جو مقروض ہیں مالک قرض ادا فرماوے اللہم صلی علی محمد و آل محمد زندہ رہنے کے لیے شاہ کی ثنا کافی ہے ساری زندگی دے نام بسم اللہ کریں حسینیت ہے زندہ رہنے کے لیے شاہ کی ثنا کافی ہے ہم کو بعد فاطمہ زہرا کی دعا کافی ہے چاہے جتنی بھی مخالف و زمانے کی ہوا ہم کو عباس کے پرچم کی ہوا کافی ہے دیکھتا ہے
Hey!
कोई फिकार ना कर वैली शाम पे लग वे थे बियो किया घड़िया उठी दे खता थई वो उठी दे मुल्तान दी धरती आजाद हो के नहीं आईया कैद हो के अली दीदी दा मामल जदा मक्तली चाय फुरा तो देख दी कोई गल इत वे माण जे वेले आखा मैं ज़ैनब नौ दफा गाली दिला जड़िए बिच मिला करा बगैर वादुआ ने भेड़ जो हाई बेरा कुआ औखा डिठा हाथ वदा किया दिए तकलीफ ना कर मैं राधी आई मरहबा ते बेड़ी दा कदर शना से ओ मैं कुबा के था दे पर दे आदा ते कुहार वेले ए था ते मैं कुचा दरदा यार मान कोई नहीं ते के गल तुझ गरुदा अपने कहे गम च न रोवे अज दा वो नहीं 18 जेठ भाई अगर नौ भेरावां दी लाशां बगैर कफन में तू तो अपने घर बैठे है ना अपने वतन ते बह के चाचा रोंदे बैठे हो उन्ना भेड़ी तू के लंघी हो सी जो परदेस च भेराई नौ मारे
ਤੇ ਉਮਤ ਮੁਹੰਮਦ ਦੀ ਹੱਥ 'ਚ ਕੜੀਆਂ ਹੀ ਪਵਾ ਛੋੜੀਆਂ। ਵਾਹ ਵਾਹ, ਦਰਜਾਤ ਬੁਲੰਦ ਹੋਵਨ ਮੇਰੇ ਬਜ਼ੁਰਗ ਬਾਬਾ ਖਾਦਮ ਸ਼ਾਹ ਠੱਤੀ ਵਾਲੇ ਦੇ, ਜਿਨ੍ਹਾਂ ਅਦਬ ਦੀ ਚਾਚਾ ਜ਼ਾਕਰ ਕੀਤੀ ਹੈ। ਉਹ ਪੜ੍ਹਦੇ ਹਨ ਡਾਹ ਮੁਹਰਮ 61 ਹਿਜਰੀ, ਮੈਦਾਨ ਕਰਬਲਾ ਵਿੱਚ ਮੁਸਲਮਾਨਾਂ ਤ੍ਰੈ ਕੰਮ ਕੀਤੇ ਨੇ, ਜੇ ਕੋ ਅੱਜ ਤੱਕ ਸਾਡੇ ਪਰਦਾਦਾਰ ਸਾਡੇ ਬੱਚੇ ਰੋਂਦੇ ਨੇ। ਦੱਸਾਂ ਚਾ ਪਹਿਲੇ ਕੁੱਠਾ ਨੇ ਵੱਤ ਲੁੱਟਾ ਨੇ ਵਾਤੀ ਬੁਜ਼ਈਆਂ ਨਰਵਾਹ, ਜਿਹੜੇ ਬਚ ਗਏ ਉਹਨਾਂ ਕੋ ਭਾ ਲਾ ਦਿੱਤੀ ਨੇ, ਤੇ ਬਚ ਗਈ ਇਹ ਪਰਦਾਦਾਰ ਜਿਹੜੀ ਏਡੀ ਵੱਡੀ ਪਰਦਾਦਾਰ ਆਈ ਜਿਹੜੀ ਪਿਓ ਨਾਲ ਹੀ ਕਦੀ ਨਹੀਂ ਬੋਲੀ, ਜਿਹਦੇ ਤਰਜ਼ ਕਲਾਮ ਵਾਸਤੇ ਬਾਬਾ ਅਲੀ ਸਿੱਖ ਦਾ ਟੁਰ ਗਿਆ। ਜੁਦੀ ਮੇਰੇ ਨਾਲ ਬੋਲੇ ਜਦਾ ਮੱਤਲ ਹੀ ਚਾਹੀਏ ਨਾ, ਮੈਂ ਬਿਸਮਿਲਾ ਕਰਾਂ। ਮੇਰਾ ਭਾਈ ਤਸ਼ਰੀਫ ਕਿਨ ਆਇਆ ਹੈ, ਕਿਉਂਕਿ ਬਾਣੀ ਦਾ ਹੁਕਮ ਹੈ, ਮੈਂ ਉਹ ਪੂਰਾ ਕਰਕੇ ਮੇਰਾ ਨੂੰ ਮੈਂਬਰ ਦੇ ਸਾਂ। ਬਾਈ ਵਸੀਮ ਆਬਾਦ ਅਲੀ ਦੀ ਅਲੀ ਧੀ ਅਲਾਦਾਰ ਬੈਠੇ ਹੋ, ਜਾਂ ਇਨ ਕਿਉਂ ਨਾ ਆਖਾਂ 18 ਭੇਰਾਵਾਂ ਦੀ ਬੇਵਾਰਿਸ ਭੇਣ। ਯਾਰ ਦੁਨੀਆਂ 'ਤੇ ਜਿਸ ਭੇਣ ਦਾ ਇੱਕ ਭੇਰਾ ਹੋਵੇ ਉਸਦੀ ਜ਼ਮਾਨੇ 'ਤੇ ਤੱਕ ਨਹੀਂ ਪਾਉਂਦੀ, ਅਤੇ ਜਿਹਦੇ 18 ਹੋਵਨ ਅਤੇ ਭੇਰਾ ਵੀ ਆਵਾਸ ਜਾਏ। ਲਾਸ਼ਾਂ 'ਤੇ ਆਈਏ ਹੱਥ ਪੱਸੇ ਗਰਦਨ ਰੁੱਝੇ ਹੋਇਆ, ਜਦਾਂ ਮੱਤਲ ਹੀ ਚਾਹੀਏ ਨਾ, ਬੇਰਾ ਦੀ ਲਾਸ਼ ਦੇ ਡਿੱਠੇ ਸ 9 ਟੁਕੜੇ। ਵਤਨ ਨਾਈ ਪਰਦੇਸ ਆਈ, ਇਹ ਅਲੀ ਦਾ ਪੁੱਤਰ ਨਾਈ ਅਲੀ ਦੀ ਧੀ ਆਈ। ਬੇਰਾ ਦੀ ਲਾਸ਼ 'ਤੇ ਆ ਕੇ ਨਾ ਬਾਈ ਅਜ਼ਰ ਕੱਟੇ ਗੱਲ 'ਤੇ ਬੋਥਾ ਦੇ ਕੇ ਆਦੀ, ਇਹ ਚੁੱਪ ਕਿਉਂ ਹੋਏ? ਜੀਤ ਗਿਆ ਹੈ, ਕਾਇਨਾਤ ਮੰਨ ਗਈ ਹੈ, ਤੇਰੇ ਜਿਹਾ ਸਾਬਿਰ ਕੋਈ ਨਹੀਂ। ਮੈਂ ਬਿਸਮਿਲਾ ਕਰਾਂ, ਬੇਰਾ ਦੇ ਤੱਥੇ ਲੱਭ ਚੁੱਕ ਕੇ ਆਦੀ, ਜੇ ਕੋ ਨਾਨਾ ਮੋਹਰ ਤੇ ਚੈਂਦਾ ਹਾ ਉਹ ਹੁਸੈਨ ਤੂੰ ਹੈ ਕਰਚਾ ਸਵਾਬ। ਜੇ ਕੋ ਨਾਨਾ ਮੋਹਰ ਤੇ ਚਾਵੇ ਹਾ ਉਹ ਹੁਸੈਨ ਤੂੰ ਹੈ, ਜਿਹਦਾ ਜਬਰੀਲ ਝੂਲਾ ਝੁਲਾਵੇ ਹਾ ਉਹ ਹੁਸੈਨ ਤੂੰ ਹੈ। ਲਾਸ਼ ਕਰਵਟ ਬਦਲੀਏ ਤੱਥੇ ਲੱਭ ਹੱਲੇ ਭੇਣ ਦੇ ਪਾਸੇ ਦੇ ਕੇ ਆਦੇ, ਜਿਹਦਾ ਸੂਰਜ ਹਯਾ ਕਰੇਂਦਾ ਹਾ ਉਹ ਆਲੀਆ ਤੂੰ ਹੈ। ਮਰਹਬਾ, ਬੇਰਾ ਦੇ ਪਾਸੇ ਦੇ ਕੇ ਆਦੀ ਚੁੱਪ ਨਥੀ, ਸ਼ਾਮ ਆਵਣ ਡੇ। ਜਿਵੇਂ ਸ਼ਾਮ ਦੀਆਂ ਦੀਵਾਰਾਂ 'ਤੇ ਜ਼ਿੰਦਾਬਾਦ ਨਾ ਲਿਖਾਵਾਂ, ਤੋ ਅਲੀ ਦੀ ਧੀ ਨਹੀਂ, ਬਸ ਇਤਨਾ ਹੀ ਪੜ੍ਹਨਾ ਹੈ ਹੁਕਮ ਦੀ ਤਾਬੀਲ, ਕਿਉਂਕਿ ਸਵਾਬ ਬਰਾਬਰ ਹੈ। ਦਰਬਾਰ ਦੀ ਵਜਲਾ ਸੇ ਸਖੀ ਦਾ ਉਰਸ ਪਾ ਕੇ ਸ਼ੁਰੂ ਹੋਇਆ। ਅੱਜ ਮੇਰਾ ਦਿਲ ਆਖਦਾ ਮੈਂ ਚੰਦ ਮਿੰਟ ਅਲੀ ਅਲੀ ਕਰ ਗਿਆ। ਜਨਾਬ ਦੀ ਹੈ ਨਾ ਮਰਜ਼ੀ, ਅੱਲਾਹੁ ਅਕਬਰ, ਸਾਰੇ ਇੱਕ ਮਿਲ ਕੇ ਇਹਦਾ ਵੱਡਾ ਨਾਰਾ ਮਾਰੋ ਜੋ ਜੰਨਤ ਚੋ ਆਵਾਜ਼ ਆ ਜਾਵੇ ਅਲੀ ਵਾਲਾ ਵਾਸਤੇ। ਮੈਂ ਬਿਸਮਿਲਾ ਕਰ, ਬੜੀ ਮਿਹਰਬਾਨੀ। ਕਸੀਦਾ, ਕਿਉਂਕਿ ਮੇਰੇ ਬਾਅਦ ਬਹੁਤ ਬੜਾ ਸ਼ਾਇਰ, ਬਹੁਤ ਬੜਾ ਪਾਕਿਸਤਾਨ ਦਾ ਸ਼ੀਆ ਕੌਮ ਦਾ ਸਰਮਾਇਆ ਬਾਈ ਵਸੀਮ ਤਸ਼ਰੀਫ ਫਰਮਾਹਿਨ, ਉਹਨਾਂ ਦੀ ਮੌਜੂਦਗੀ ਮੈਂ ਮਲੰਗ ਸੈਯਦ ਇੱਕ ਸ਼ੇਰ ਸੁਣਾਉਣਾ ਹੈ ਨਾ। ਤਵਜੋ, ਤੁਸੀਂ ਇੱਕ ਨਾਰਾ ਮਾਰੋ ਉੱਚੀ ਆਵਾਜ਼ ਨਾਲ ਸਖੀ ਦੇ ਨਾਮ ਦਾ। ਆਪਣੇ ਸ਼ਾਨ ਦੇ ਮੁਤਾਬਿਕ ਨਾਰਾ ਲਾਓ ਜਿਵੇਂ ਤੁਹਾਡਾ ਹੱਕ ਬਣਦਾ ਹੈ। ਕਸੀਦਾ ਮੈਂ ਪੜ੍ਹਦਾ ਵਫਾ ਦੇ ਪਰਵਰਦਿਗਾਰ ਦਾ, ਜਿਸ ਸਖੀ ਦਾ ਹਰ ਘਰ 'ਤੇ ਅਲਮ ਹੈ ਉਸ ਸਖੀ ਦਾ ਕਸੀਦਾ ਪੜ੍ਹਨ ਲੱਗਾ। ਗੈਰਤ ਕਾ ਇਸ ਕੇ ਕਲਬ ਮੈਂ ਅਹਿਸਾਸ ਰੱਖ ਦਿਆ, ਇਸ ਕਾ ਲਕਬ ਹੁਸੈਨ ਨੇ ਵਰਨਾਸ ਰੱਖ ਦਿਆ, ਔਰ ਦੇਖੀ ਅਲੀ ਕੇ ਲਾਡਲੇ ਅੱਬਾਸ ਕੀ ਵਫਾ, ਰੱਬ ਨੇ ਵਫਾ ਕਾ ਨਾਮ ਹੀ ਅੱਬਾਸ ਰੱਖ ਦਿਆ। ਅੱਬਾਸ ਦੁਨੀਆ 'ਤੇ ਆਇਆ ਹੈ, ਵਧਿਆ ਬਿਰਾ ਦੁਨੀਆ 'ਤੇ ਆਵਨ, ਭੇਣਾਂ ਬਹੁਤ ਖੁਸ਼ ਨਹੀਂ ਦੀਆਂ,
ਤੇ ਜਿਸ ਭੈਣ ਦਾ ਵੀਰ ਹੀ ਆਵਾਸ ਹੋਵੇ ਜ਼ਰਾ ਜੋਰੀ ਫੈਲਾ ਪਾਵੇ। ਜਿਹੜੀ ਬੀਬੀ ਗੱਲ ਕੀਤੀ ਹੈ ਅਬਾਸ ਦੀ ਆਮਦ ਤੇ ਉਹ ਦੁਆ ਸੁਣੋ ਤੇ ਮੈਂ ਮਿੰਬਰ ਭਾਈ ਦੇ ਹਵਾਲੇ ਕਰਾਂ। ਹੈ ਨਾ ਜ਼ਿਆਦਾ ਹੈ ਛਾਲਾ ਜੀਵੇ ਜੀਵੇ ਲਜਪਾਲ ਵੀਰ ਵੇ ਛਾਲਾ ਜੀਵੇ ਜੀਵੇ ਲਜਪਾਲ ਵੀਰ ਵੇ ਛਾਲਾ ਜੀਵੇ ਨਾਰਾ ਲਾਉਣਾ ਹੈ ਕਿਉਂਕਿ ਨਾਂ ਏਡਾ ਔਖਾ ਨਹੀਂ ਜਿਵੇਂ ਤੁਸੀਂ ਸੋਚ ਕੇ ਚਾਇਆ ਹੈ। ਅਲੀ ਦਾ ਨਾਮ ਹਲਾਲੀ ਤੇ ਹਰਾਮੀ ਦੀ ਪਹਿਚਾਣ ਹੈ। ਪੂਰੀ ਤਵੱਜੋ ਅਲੀ ਦੀਦੀ ਅਬਾਸ ਦੀ ਅਬਾਸ ਭੇਣ ਤੁਰਦੀ ਹੋਈ ਬਾਈ ਅਦਾਰ ਉਠਾਈਏ ਜਿੱਥੇ ਆਪਣੇ ਦੌਰ ਦਾ ਅਲੀ ਸੁੱਤਾ ਹੋਇਆ ਵਧਾ ਕੇ ਪਈਆ ਦੀਏ ਅੱਜ ਤੂੰ ਖਿਲ ਕੇ ਬਾਸ਼ਰ ਹਿਲ ਤੇ ਦੀਆਂ ਕਾਇਮ ਬੁਲੰਦੀਆਂ ਅੱਜ ਤੂੰ ਖਿਲ ਕੇ ਬਾਸ਼ਰ ਹਿਲ ਤੇ ਦੀਆਂ ਕਾਇਮ ਬੁਲੰਦੀਆਂ ਅੱਜ ਤੂੰ ਖਿਲ ਕੇ ਬਾਸ਼ਰ ਹਿਲ ਤੇ ਦੀਆਂ ਕਾਇਮ ਬੁਲੰਦੀਆਂ ਤੇ ਦੇ ਕੀਤੇ ਚੰਨ ਗਾ ਮੇਰੀ ਮਾਂ ਦੁਆਵਾਂ ਮੰਗੀਆਂ ਛਾਲਾ ਬਾਤ ਸਖੀ ਦੀ ਆਮਦ ਸ਼ੇਰ ਪੂਰੀ ਤਵਜੋ ਵਫਾ ਦੇ ਪਰਵਰ ਦੇ ਗਾਰ ਦੀ ਜਿਹੜਾ ਅੱਬਾ ਚਾਰ ਸ਼ਬਾਨ 26 ਹਿਜਰੀ ਜੁਮੇ ਦਾ ਨੀ ਮਦੀਨੇ ਦਾ ਸ਼ਾਇਰ ਤੇ ਉਮਲ ਬਲੀਲ ਦੀ ਝੋਲੀ ਵਫਾ ਦਾ ਕੁਰਾਨ ਆਇਆ ਨਾਜ਼ਿਲ ਹੋਇਆ ਅੱਬਾ ਜੋ ਆਇਆ ਹੈ ਅਲੀ ਬਾਈ ਵਸੀਮ ਅਬਾਦ ਤੁਰਦੀ ਹੋਈ ਉਸ ਜਾ ਤੇ ਆਈਏ ਜਿੱਥੇ ਮਾਂ ਦਾ ਸੰਦੂਕ ਆਈ ਸੰਦੂਕ ਖੋਲਾ ਕੋਈ ਅਮਾਨਤ ਚਾ ਕੇ ਨਾ ਤੁਰਦੀ ਹੋਈ ਹਾਂ ਨਾ ਲਾ ਕੇ ਅਲੀ ਦੀਦੀ ਪੀਂਗੇ ਕੋਲ ਆ ਕੇ ਪਈਆ ਦੀਏ ਆ ਮੈਂ ਆਪ ਪਵਾਵਾ ਖਿਲਿਆ ਤਨ ਕੀਤੇ ਮਿਹਰਬਾਨੀ ਮਿਹਰਬਾਨੀ ਖਰਚਾ ਵੇ ਕਰਾਂ ਮੇਰੇ ਨਾਲ ਸ਼ਾਇਰ ਬੈਠਾ ਹੈ ਔਰ ਬੜਾ ਅਨੋਖਾ ਜਿਹਾ ਖਿਆਲ ਸ਼ਾਇਰ ਨੇ ਦਿੱਤੇ ਭਾਈ ਵਸੀਮ ਕਿ ਅਬਾਸ ਦੁਨੀਆ 'ਤੇ ਆਇਆ ਨਾ ਅਲੀ ਦੀ ਤਾਹਿਰਾ ਮਖਦੂਮਾ ਸਦੀਕਾ ਆਪਣੇ ਹੱਥਾਂ ਨਾਲ ਮਾਂ ਦੇ ਚੋਲੇ ਅਬਾਸ ਨੂੰ ਪਵਾਏ ਨਾ ਚੋਲੇ ਪਵਾ ਕੇ ਬਖ ਮੁਲਤਾਨਾ ਲਿਓ ਭੇੜੀ ਕੀਤਾ ਕਿਆ ਹੈ
ਲਤੁਲ ਬਕੀਆ ਦੇ ਵਿੱਚ ਵੀਰ ਕੁਮਾਰ ਸਮਾਇਆ। ਬੜੀ ਮਿਹਰਬਾਨੀ, ਬੜੀ ਮਿਹਰਬਾਨੀ। ਮੈਂ ਬਿਸਮਿਲਾ ਕਰਾਂ ਅਲੀ ਦੀਆਂ ਧੀਆਂ ਕੀਤਾ ਕਿਆ ਏ ਜਲਤੁਲ ਬਕੀਆ ਦੇ ਵਿੱਚ ਸਰਦਾਰ ਫੌਜ ਦੇ ਸਾਲਾਰ ਤੇ ਸੋਹਣੇ ਰਿਸ਼ਤੇਦਾਰ ਹਾਲ ਮੈਂ ਪੁੱਛਦੇ ਨੇ ਮਹਿਰਾਜ ਦਾ ਸਰਕਾਰ ਪਿਆ ਦੇ ਆਓ ਨਸਾ ਫਗੁਆਰੇ ਅਗਰ ਬਿਸਤਰ ਤੇ ਹਾਂ ਜਾਵੀ ਸੱਯਦ ਨੂੰ ਦੁਆ ਕਰਦੇ ਵੇ ਡਾਹ ਮੁਹਰਮ ਨੂ ਸਵਾਰੀਆਂ ਮੁਸਲਮਾਨਾਂ ਕਲਮਾ ਪੜ੍ਹਨ ਵਾਲਾ ਭੇਣ ਭੇਰਾ ਕੋ ਮੁਲਤਾਨ ਵਾਲਿਓ ਦਿੱਤੀਆਂ ਦਸਾਈ ਵਜੋਂ ਭੇਰਾ ਕੋ ਨੇਜ਼ੇ ਦੀ ਚੁਣ ਭੇਣ ਕੋ ਮਹਮਲ ਮੇਰਾ ਮੈਂਬਰ ਤੇ ਹੱਥੀ ਜਿਹੜਾ ਨੇਜ਼ੇ ਤੇ ਹਾਈ ਉਹ ਸੌਖਾ ਹੈ। ਨਹੀਂ ਨਹੀਂ ਤੂੰ ਅਮੀਰ ਬਣ ਕੇ ਪੈ ਸੁਣ ਜਾ ਜਿਹੜੀ ਮਾਮਾ ਲਿਚਾਈ ਉਹ ਕੀ ਆਈ ਮੈਂ ਪਿਆਦਾ ਜਦਨਾ ਮੈਂ ਕੂਫੇ ਪਈ ਵੈਨੀ ਮੰਗ ਦੁਆ